ਸੱਤ ਸਰੀਆ ਕਾਜੀ ਸਾਰੇ ਕਿਸਾਨ ਵੀਰਾਂ ਨੂੰ ਤਕਰੀਬਨ ਹੀ ਆਪਣੀ ਹੁਣ ਕਣਕ ਦੀ ਬਾੜੀ ਦਾ ਕੰਮ 8-10 ਦਿਨ ਤੱਕ ਆਪਣਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਆਪਣੇ ਕਿਸਾਨਾਂ ਵੀਰਾਂ ਨੇ ਝੋਨੇ ਦਾ ਰੁਝਾਨ ਸ਼ੁਰੂ ਹੋ ਜਾਣਾ ਤੇ ਪਨੀਰੀਆਂ ਬੀਜਣ ਦੇ ਵਾਸਤੇ ਤੇ ਇਸ ਵਾਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਵੇਂ ਫੂਸਾ ਝੋਨਾ ਫੂਸਾ 43 ਫੀਲੀ ਫੂਸਾ ਜਿਹੜਾ ਕਿ ਆਪਣੇ ਹੁਣ ਬੈਨ ਹੋ ਚੁੱਕਿਆ ਯਾਨੀ ਕਿ ਤੇ ਉਸ ਦੇ ਆਪਣੇ ਬਦਲੇ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਜ਼ਿਆਦਾ ਰੁਝਾਨ ਆਪਣੇ ਜਿਵੇਂ ਪੀਆਰ 131 ਹੋ ਗਿਆ 126 ਵੈਰੈਟੀ ਹੋ ਗਈ ਜਿਵੇਂ ਜਾਂ ਜਿਵੇਂ ਆਪਣਾ ਸੁਪਰੀਮ 110 ਇਹਨਾਂ ਚੋਂ ਇਹਨਾਂ ਦਾ ਜ਼ਿਆਦਾ ਇਸ ਵਾਰ ਰੁਝਾਨ ਬਣੇਗਾ ਤੇ ਪਿਛਲੀ ਵਾਰ ਵੀ ਜਿਹੜਾ ਆਪਣਾ ਸੁਪਰੀਮ 110 ਦਾ ਬਹੁਤ ਰੁਝਾਨ ਸੀ ਯਾਨੀ ਕਿ ਬਹੁਤ ক্রেਸ ਸੀ ਕਈਆਂ ਵੀਰਾਂ ਨੂੰ ਤਾਂ ਜਿਹੜਾ ਬੀਜ ਵੀ ਆਪਣਾ ਡੁਪਲੀਕੇਟ ਮਿਲਿਆ ਸੀ ਜਾਂ ਮਿਲਿਆ ਸੀ ਜਿਹੜਾ ਪੱਕੇ ਬੇਲ ਤੇ ਬਹੁਤ ਮਹਿੰਗਾ ਮਿਲਿਆ ਸੀ ਤੇ ਇਸ ਵਾਰੀ ਆਪਣਾ ਜਿਵੇਂ ਸੁਪਰੀਮ 110 ਪੀਆਰ 131 ਦਾ ਜ਼ਿਆਦਾ ਰੁਝਾਨ ਹੈ ਤੇ ਜਿਹੜੇ ਆਪਣੇ ਪੀ 126 ਨੇ ਜਾਂ ਮੱਕੀ ਵਾਲੇ ਖੇਤ ਨੇ ਜਾਂ ਜਵੇਂ ਜਿਹੜੇ ਕਿਸਾਨ ਵੀਰ ਆਪਣੇ ਮੂੰਗੀ ਲਗਾਉਂਦੇ ਨੇ ਉਹਨਾਂ ਖੇਤਾਂ ਦੇ ਵਿੱਚ ਆਪਣਾ ਪੀ 126 ਵੈਰਾਈਟੀ ਲਗਾਉਂਦੇ ਨੇ ਤੇ ਜਿਹੜੀਆਂ ਦੋ ਵੈਰਾਈਟੀਆਂ ਨੇ ਅੱਜ ਦੀ ਆਪਣੀ ਜਿਹੜੀ ਵੀਡੀਓ ਸੁਪਰੀਮ 110 ਬਾਰੇ ਵੀ ਕਿੰਨਾ ਸਮਾਂ ਲੈਂਦਾ ਪੱਕਣ ਦੇ ਵਿੱਚ ਕਿਉਂਕਿ ਇਸ ਵੈਰਾਈਟੀ ਦਾ ਆਪਾਂ ਨੂੰ ਤਕਰੀਬਨ 3 ਸਾਲ ਦਾ ਤਜਰਬਾ ਆਪਣੇ ਖੇਤਾਂ ਦੇ ਵਿੱਚ ਆਪਾਂ ਇਹ ਆਪਣੇ ਖੇਤਾਂ ਵਿੱਚ ਲਗਾ ਰਹੇ ਆ ਆਪਣੇ ਏਰੀਆ ਦੇ ਵਿੱਚ ਤਕਰੀਬਨ ਜਿਹੜਾ ਸੁਪਰੀਮ 110 ਚੋਂ ਨਾ 100 ਚੋਂ 70% ਚੋਂ ਨਾ ਆਪਣੇ ਏਰੀਏ ਦੇ ਵਿੱਚ ਲੱਗਾ ਸੀ ਪਿਛਲੀ ਵਾਰ ਤੇ ਇਹ ਤਕਰੀਬਨ ਆਪਣੇ ਏਰੀਏ ਦੀ ਵਿੱਚ 2020 ਦੇ ਵਿੱਚ ਆਪਣੇ ਪਿੰਡ ਦੇ ਵਿੱਚ 7-8 ਕਿਲਿਆਂ ਤੋਂ ਆਪਣਾ ਇਹ ਸ਼ੁਰੂ ਹੋਇਆ ਸੀ ਤੇ 2020 ਤੋਂ ਲੈ ਕੇ ਆਪਣਾ 2023 ਤੱਕ ਯਾਨੀ ਕਿ ਆਇਤ ਕੀ ਆਪਾਂ ਨੂੰ ਚੌਥਾ ਸਾਲ ਹੋ ਗਿਆਗਾ ਸੁਪਰੀਮ 110 ਚੋਂ ਦੇਦੂ ਲਾਉਣ ਬਾਰੇ ਇਸ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿੰਨਾ ਕੱਦ ਆਉਂਦਾ ਇਹਦਾ ਤੇ ਕਿਹੋ ਜੀ ਵੈਰੈਟੀ ਏ ਲੱਗਦਾ ਜਾਂ ਨਹੀਂ ਜਾਂ ਇਸ ਦਾ ਜਿਹੜਾ ਬੀਜ ਆਪਾਂ ਰੱਖ ਸਕਦੇ ਕਰ ਚੁੱਕਾ ਬਾਕੀ ਜਿਹੜੀ ਤੁਸੀਂ ਵੈਰਾਈਟੀਆਂ ਦੇਖ ਰਹੇ ਹੋ ਇਹ ਆਪਣੀ ਪੀ 126 ਵੈਰਾਈਟੀ ਹੈ ਜੇ ਤੁਸੀਂ ਆਪਣਾ ਸੁਪਰੀਮ 110 ਚੋਣਾ ਤੇ ਆਪਾਂ ਦੇਖਣਾ ਚਾਹੁੰਦੇ ਆ ਆਪਣੇ YouTube ਤੇ ਚੈਨਲ ਤੇ ਵੀਡੀਓ ਆਪਾਂ ਨੇ ਅਪਲੋਡ ਕੀਤੀਆਂ ਹੋਈਆਂ ਨੇ ਕਿਹੜੀਆਂ ਕਿਹੜੀਆਂ ਸਪਰੇਆਂ ਕੀਤੀਆਂ ਨੇ ਜਾਂ ਕਿਹੋ ਜਿਹਾ ਉਹ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਹੈ ਅੱਜ ਦੀ ਵੀਡੀਓ ਆਪਣੀ ਸੁਪਰੀਮ 110 ਚੋਣੇ ਦੀ ਹੈ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਜੀ ਜਿਹੜਾ ਇਹ ਵੈਰਾਈਟੀ ਹੈ ਕਈਆਂ ਕਿਸਾਨਾਂ ਵੀਰਾਂ ਦੇ ਪਰਮ ਹੁੰਦਾ ਕਿ ਇਹ ਆਪਣੀ ਹਾਈਬ੍ਰਿਡ ਵੈਰਾਈਟੀ ਹੈ ਇਹ ਇੱਕ ਰਿਸਰਚ ਵੈਰਾਈਟੀ ਹੈ ਜਾਨਕਿ ਇਹਨੂੰ ਆਪਣੀ ਯੂਨੀਵਰਸਿਟੀ ਆਪਣੀ ਇਹਨੂੰ ਆਪਣੇ ਵੀ ਇਹਨਾਂ ਨੂੰ ਪੈਦਾ ਨਹੀਂ ਕੀਤਾ ਇਹ ਇੱਕ ਆਪਣੀ ਸੁਪਰੀਮ ਕੰਪਨੀ ਹੈ ਜਿਹੜਾ ਆਪਣਾ ਇਹਦਾ ਜਨਮਦਾਤਾ ਤੇ ਇਹ ਉਸ ਉਹਨਾਂ ਦੀ ਵੈਰੈਟੀ ਹੈ ਕੋਈ ਹਾਈਬ੍ਰਿਡ ਵੈਰੈਟੀ ਨਹੀਂ ਸਰਚ ਵੈਰੈਟੀ ਹੈ ਸਭ ਤੋਂ ਪਹਿਲਾਂ ਆਪਣਾ ਕਿਸਾਨਾਂ ਵੀਰਾਂ ਦਾ ਇਹੋ ਵਹਿਮ ਹੁੰਦਾ ਵੀ ਇਹ ਵੈਰੈਟੀ ਕਿਹੋ ਜੀ ਤੇ ਇਹਦੀ ਜਿਹੜੀ ਸੁਪਰੀਮ ਇਹਦਾ ਜਨਮਦਾਤਾ ਬਾਕੀ ਹੁਣ ਹੋਰ ਵੀ ਕਈ ਕੰਪਨੀਆਂ ਨੇ ਜਿਵੇਂ ਕਰਨਾਲ ਕਰਨਾਲ ਸੀਡਸ ਕੰਪਨੀ ਆ ਗਈ ਓੰਕਾਰ ਕੰਪਨੀ ਆ ਗਈ ਜਾ ਹੋਰ ਵੀ ਕਈ ਕੰਪਨੀਆਂ ਦੇ ਬੀਜ ਆਉਂਦੇ ਨੇ ਸੁਪਰੀਮ 110 ਬਾਕੀ ਬੀਜ ਇੱਕੋ ਹੀ ਏ ਤੇ ਇਹਨੂੰ ਜਨਮਦਾਤਾ ਜੇਕਰ ਮੰਨ ਗਏ ਆਪਾਂ ਇਹਨੂੰ ਜਿਹੜੇ ਬਣਾਉਣ ਵਾਲੀ ਕੰਪਨੀ ਆ ਆਪਣੀ ਸੁਪਰੀਮ ਏ ਤੇ ਤਾਂ ਹੀ ਆਪਾਂ ਨੂੰ ਜਾਦਾ ਨਾਮਾਂ ਦੇ ਨਾਲ ਸੁਪਰੀਮ ਦੇ ਨਾਲ ਜਾਦਾ ਜਾਣਦੇ ਆ ਕਿਉਂਕਿ ਉਹਨਾਂ ਦਾ ਜ ਆਪਾਂ ਦਾ ਜਨਮਦਾਤਾ ਹੈ ਤੇ ਸਭ ਤੋਂ ਪਹਿਲਾਂ ਜੀ ਇਹਦਾ ਜਿਹੜਾ ਵੈਰੈਟੀ ਏ 140 45 ਦਿਨ ਲੈਂਦੀ ਏ ਬਾਕੀ ਥੋੜਾ ਕੋ ਮੌਸਮ ਦੇ ਹਿਸਾਬ ਦੇ ਨਾਲ ਜਾਂ ਆਪਾਂ ਮੰਨ ਗਏ ਵੀ ਜ਼ਮੀਨਾਂ ਦੇ ਹਿਸਾਬ ਦੇ ਨਾਲ ਥੋੜਾ ਕੋ ਫਰਕ 4-5 ਜਾਂਦਾ ਪੈ ਸਕਦਾ ਬਾਕੀ ਜੇਕਰ ਆਪਾਂ ਐਵਰੇਜ ਦਿਨ ਮੰਨਗੇ 140 ਦਿਨ ਤੋਂ ਲੈ ਕੇ 145 ਦਿਨ ਤੱਕ ਇਹ ਆਪਣਾ ਪੱਕਣ ਦੇ ਵਿੱਚ ਲੈਂਦੀ ਏ ਵਿੱਚ ਇਹ ਆਪਣੀ ਜਿਹੜੇ ਪਨੀਰੀ ਵਾਲੇ ਦਿਨ ਯਾਨੀ ਕਿ ਵਿੱਚ ਸਾਰਾ ਐਡ ਕਰਕੇ ਇਹ ਨਹੀਂ ਵੀ ਪਨੀਰੀ ਵਾਲੇ ਦਿਨ ਵੱਖਰੇ ਨੇ ਤੇ ਬਾਕੀ 140 45 ਦਿਨਾਂ ਦੇ ਵਿੱਚ ਪੱਕ ਜਾਂਦੀ ਏ ਵੈਰਾਈਟੀ ਬਹੁਤ ਵਧੀਆ ਹੈ ਤੇ ਇਹਦੀ ਡਿੱਗਣ ਦੀ ਸਮੱਸਿਆ ਬਹੁਤ ਘੱਟ ਏ ਤੇ ਜਿਹੜੀਆਂ ਦੀ ਆਪਣੀ ਹਾਈਟ ਏ ਤੇ ਉਹ ਆਪਣੇ 114 ਝੋਨੇ ਨਾਲ 131 ਝੋਨੇ ਦੇ ਨਾਲ ਥੋੜਾ ਕੁ ਜਿਆਦਾ ਹੁੰਦੀ ਏ ਬਾਕੀ ਆਪਾਂ ਇਹਦੇ ਝਾੜ ਦੀ ਵੀ ਗੱਲ ਕਰਾਂਗੇ 2021 ਤੋਂ ਲੈ ਕੇ ਆਪਣੇ ਖੇਤਾਂ ਦੇ ਵਿੱਚ ਕਿੰਨਾ ਝਾੜ ਆਇਆ ਬਾਕੀ ਹੋਰ ਵਾਹਾਂ ਦੇ ਵਿੱਚ ਵੀ ਬਾਕੀ ਜਿਹੜੇ ਵੀਰਾਂ ਨੇ ਆਪਣੇ ਕਿਸਾਨ ਵੀਰ ਆਪਾਂ ਨੂੰ ਇਹਨੂੰ ਲਗਾ ਰਹੇ ਨੇ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜਰੂਰ ਕਮੈਂਟ ਕਰਿਆ ਜੀ ਵੀ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਝਾੜ ਆਇਆ ਸੀ ਤੇ ਤੁਹਾਡੀਆਂ ਜ਼ਮੀਨਾਂ ਕਿਹੋ ਜੀਆਂ ਨੇ ਤੇ ਕਦੋਂ ਇਹਦੀ ਬਜਾਈ ਕੀਤੀ ਕਿਉਂਕਿ ਜਿਹੜਾ ਜਿਹੜੇ ਝੋਨੇ ਦੇ ਝਾੜ ਤੇ ਕਈ ਕਾਰਨ ਡਿਪੈਂਡ ਕਰਦੇ ਨੇ ਆਪਣਾ ਮੌਸਮ ਆਪਣੀ ਜ਼ਮੀਨ ਆਪਣਾ ਪਾਣੀ ਜਾਂ ਆਪਣੀ ਜਿਹੜੀ ਲਵਾਈ ਤਰੀਕ ਇਹ ਆਪਣਾ ਬਹੁਤ ਮਹੱਤਵਪੂਰਨ ਹੈ ਜੇਕਰ ਆਪਾਂ ਸਹੀ ਸਮੇਂ ਤੇ ਆਪਾਂ ਲਗਾਵਾਂਗੇ ਤੇ ਆਪਣਾ ਝਾੜ ਵੈਰਾਈਟੀ ਆਪਣੀ ਵਜੇ ਦਿੰਦੀ ਹੈ ਬਾਕੀ ਇੱਕ ਗੱਲ ਪੰਨੇ ਵਾਲੋ ਕਿ ਜਿੰਨੇ ਵੀ ਆਪਣੀਆਂ ਵੈਰਾਈਟੀਆਂ ਨੇ ਜੇਕਰ ਆਪਾਂ 110 ਦੀ ਗੱਲ ਕਰਦੇ ਆਂ ਤੇ ਸਾਰੇ ਪੰਜਾਬ ਦੇ ਵਿੱਚ ਝਾੜ ਇਹ ਨਹੀਂ ਦੇ ਸਕਦੀ ਵੀ ਕੋਈ ਵੀ ਵੈਰਾਈਟੀ ਜਿਹੜੇ ਸਾਰੇ ਪੰਜਾਬ ਦੇ ਵਿੱਚ ਆਕ ਕੇ ਨਾ ਦੀ ਝਾੜ ਦੇ ਜੂਗੀ ਉਸ ਤਰ੍ਹਾਂ ਝਾੜ ਨਹੀਂ ਦੇ ਸਕਦੀ ਕਿਸੇ ਕਿਤੇ ਵੈਰਾਈਟੀ ਕੋਈ ਜ਼ਿਆਦਾ ਪਰਫਾਰਮੈਂਸ ਵਧੀਆ ਕਾਰਤਿਕ ਦੇ ਝਾੜ ਵਧੀਆ ਦੇ ਜਾਂਦੀ ਹੈ ਕਿਤੇ ਨਹੀਂ ਦਿੰਦੀ ਤੇ ਬਾਕੀ ਇਹ ਦੀ ਜਿਹੜੀ ਆਪਣੀ ਲਗਾਉਣ ਦੀ ਮੀਤੀ ਜੇਕਰ ਆਪਾਂ ਸਹੀ ਮੰਨ ਗਏ ਆ ਆਪਣੇ ਤਜਰਬੇ ਅਨੁਸਾਰ ਤਾਂ ਨੂੰ 15 ਆਪਣੇ ਜੂਨ ਤੋਂ ਲੈ ਕੇ 25 ਜੂਨ ਤੱਕ ਲਾਓ ਤਾਂ ਬਹੁਤ ਵਧੀਆ ਇਹਦੇ ਨਾਲ ਜਿਹੜਾ ਲਾਉਣ ਦੇ ਨਾਲ ਕੱਪਣ ਹਲਦੀ ਰੋਗ ਬਹੁਤ ਘਟ ਪੈਂਦਾ ਕਿਉਂਕਿ ਜਦੋਂ ਆਪਣਾ ਜਿਆਦਾ ਲੇਟ ਜਾਂਦਾ ਉਸ ਤੋਂ ਬਾਅਦ ਫਿਰ ਆਪਣੇ ਹਲਦੀ ਰੋਗ ਦੀ ਥੋੜੀ ਸ਼ਿਕਾਇਤਾਂ ਤੇ ਆ ਜਾਂਦੀ ਬਾਕੀ ਜੇ ਜਿਹੜੀ ਆਪਣੀ ਕੰਪਨੀ ਸੁਪਰੀਮ ਤਾਂ ਦਾਵਾ ਕਰਦੀ ਕਿ ਇਹਦੇ ਵਿੱਚ ਹਲਦੀ ਰੋਗ ਨਹੀਂ ਆਉਂਦਾ ਬਾਕੀ ਪਿਛਲੇ ਤੋਂ ਪਿਛਲੇ ਸਾਲ ਸਾਡੇ ਏਰੀਏ ਦੇ ਵਿੱਚ ਜਿਹੜਾ ਲੇਟ ਲੱਗਿਆ ਸੀ ਉਹਦੇ ਵਿੱਚ ਹਲਦੀ ਰੋਗ ਜ਼ਿਆਦਾ ਆ ਗਿਆ ਸੀ ਤੇ ਇਸ ਕਰਕੇ ਨੂੰ ਆਪਾਂ 15 ਤੋਂ ਲੈ ਕੇ 25 ਤੱਕ ਹੋ ਸਕਦੇ 15 ਤੋਂ 20 ਤੱਕ ਲਾਓਗੇ ਤਾਂ ਝਾੜ ਇਹਦਾ ਬਹੁਤ ਵਧੀਆ ਆਉਂਦਾ। ਬਾਕੀ ਝਾੜ ਦੀ ਵੀ ਗੱਲ ਕਰਾਂਗੇ ਆਪਾਂ ਕਿਹੜੇ ਕਿੰਨਾ ਝਾੜ ਆਉਂਦਾ ਆਪਣੇ ਏਰੀਏ ਦੇ ਵਿੱਚ ਆਇਆ ਸੀ। 3 ਸਾਲ ਦਾ ਆਪਣੇ ਕੋਲ ਤਜਰਬਾ ਵੀ ਆਪਣੇ ਖੇਤਾਂ ਦੇ ਵਿੱਚ ਆਪਾਂ ਆਪਾਂ ਖੁਦ ਦਾ ਤਜਰਬਾ ਵੀ ਇਹ ਨਹੀਂ ਆਪਾਂ ਕੋਈ ਕ ਸੂਣੀ ਸੁਣਾਈ ਗੱਲਾਂ ਕਰਦੇ ਆ ਆਪਣੇ ਖੇਤਾਂ ਦਾ ਤਜਰਬਾ ਤੇ ਇਹਨਾਂ ਜਿਹੜਾ ਆਪਣਾ 15 ਤੋਂ 20 ਨਵੰਬਰ ਤੱਕ ਜਾਂ 25 ਨਵੰਬਰ ਤੱਕ ਆ 15 ਤੋਂ 20 25 ਜੂਨ ਤੱਕ ਆਪਾਂ ਲਗਾ ਸਕਦੇ ਹਾਂ ਵਧੀਆ ਝਾੜ ਆਉਂਦਾ ਤੇ ਸ਼ੁਰੂ ਦੇ ਵਿੱਚ ਇਹਦਾ ਜਿਹੜਾ ਬੂਟਾ ਆਪਾਂ ਨੂੰ ਘੱਟ ਜਿਵੇਂ ਦਿਖਾਈ ਦਿੰਦਾ ਵੀ ਇਹਦਾ ਬੂਟਾ ਘੱਟ ਮਾਰਦਾ ਜਿਹਨੇ ਆਪਣੇ 222 ਕਹਿੰਦਾ ਡੀਬੀ 222 ਇਹ ਉੱਪਰ ਜਿਹਨੂੰ ਜਾਂਦੀ ਐਵੇਂ ਆਪਾਂ ਨੂੰ ਲੱਗਦਾ ਬਾਕੀ ਜਿਵੇਂ ਜਿਵੇਂ ਸਮਾਂ ਪੈਂਦਾ ਆਪਣਾ ਬੂਟਾ ਪੂਰਾ ਬਣਾਉਂਦਾ ਪੂਰਾ ਝਾੜ ਦੇਂਦਾ ਤੇ ਇਹਦਾ ਜਿਹੜਾ ਹਾਈਟ 114 ਦੇ ਨਾਲ ਚ ਆਪਣਾ ਜ਼ਿਆਦਾ ਹੁੰਦਾ ਜਿਹਨਾਂ ਦਾ 나ੜ ਮੋਟਾ ਹੁੰਦਾ ਤੇ ਡਿਗ ਦੀ ਬਹੁਤ ਘੱਟ ਇੱਕ ਇਹਨੂੰ ਹੋਰ ਇਹਦਾ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਚੂਹਾ ਪੈਂਦਾ ਕਿਉਂਕਿ ਚੂਹਾ ਬੜਾ ਹੋ ਤਾਂ ਨੁਕਸਾਨ ਕਰਦਾ ਕਈ ਵਾਰ ਝੋਨਿਆਂ ਦਾ ਇਹਨੂੰ ਚੂਹਾ ਬਹੁਤ ਘੱਟ ਪੈਂਦਾ ਕਿਉਂਕਿ ਇਹਦਾ ਨਾੜ ਮੋਟਾ ਹੁੰਦਾ ਤੇ ਇਹਦਾ ਜਿਹੜਾ ਤਾਂ ਕਰਕੇ ਇਹਨੂੰ ਚੂਹਾ ਵੀ ਬਹੁਤ ਘੱਟ ਪੈਂਦਾ ਤੇ ਡਿਗ ਦਾ ਵੀ ਬਹੁਤ ਘੱਟ ਹੈ ਤੇ ਇਹਦੇ ਜਿਹੜੇ ਆਪਣੇ ਤੇ ਇਹਦੇ ਜਿਹੜੇ ਦਾਣੇ ਨੇ ਆਪਣੇ ਜਿਹੜੇ ਦਾਣੇ ਸੰਖਿਆ ਅਗਨੇ ਗਏ ਪਿਛਲੀ ਵਾਰ ਆਪਾਂ ਜene ਸੀ ਆਪਣੇ ਇਕਸੋ ਦਾ 210 ਇਕਸੋ ਦਾ 275 ਦਾਣੇ ਤੋਂ ਲੈ ਕੇ 80 ਦਾਣੇ ਹੁੰਦੇ ਨੇ ਜਾਨੀ ਕਿ 275 ਤੋਂ ਮੰਨ ਕੇ ਚਲੋ ਤੁਸੀਂ 270 ਤੋਂ ਲੈ ਕੇ 80 ਦਾਣੇ 280 ਦਾਣੇ ਤੱਕ ਆਪਣੀ ਪਿਛਲੀ ਵਾਰ ਆਪਾਂ ਇਹ ਦਾਣੇ ਗਿਨੇ ਸੀ ਇੰਨੇ ਦਾਣੇ ਹੁੰਦੇ ਨੇ ਤੇ ਬਾਕੀ ਇਹ ਜਿਹੜੇ ਦਾਣੇ ਨੇ ਚਮਕਦਾਰ ਹੁੰਦੇ ਨੇ ਜੇਕਰ ਆਪਾਂ ਜਦੋਂ ਆਪਾਂ ਵੱਡ ਕੇ ਨੂੰ ਮੰਡੀ 'ਚ ਲੈ ਕੇ ਜਾਂਦੇ ਆ ਤਾਂ ਜਿਹੜੇ ਇਹਦੀ ਨਾ ਢੇਰੀ ਵੱਖਰੀ ਦੇਖਦੀ ਜਾਨੀ ਕਿ ਪੂਰੀ 골ਡ ਚਮਕਦਾਰ ਦਾਣੇ ਹੁੰਦੇ ਨੇ ਦੇਖਣ ਵਿੱਚ ਬਹੁਤ ਸੋਨਾ ਲੱਗਦਾ ਖੇਤਾਂ ਵਿੱਚ ਵੀ ਬਹੁਤ ਸੋਨਾ ਲੱਗਦਾ ਖੜਾ ਜਾਂ ਜਾਨੀ ਕਿ ਪੂਰੀ ਫਲ ਲਿਆ ਹੁੰਦਾ ਝੋਨੇ ਨੇ ਤੇ ਇਹਨੂੰ ਜਿਹੜੀ ਆਪਣੀ ਉੱਲੀ ਰੋਗ ਦੀ ਬਿਮਾਰੀ ਜਿਵੇਂ ਆਪਣਾ 14 ਨੂੰ ਪੀਆ 114 ਨੂੰ ਜ਼ਿਆਦਾ ਪੈਂਦੀ ਏ ਉਹ ਵੀ ਜਿਵੇਂ ਆਪਣਾ 114 ਝੋਨੇ ਵਿੱਚ ਜੇ ਬਾੜਨ ਲੱਗ ਪੈਂਦਾ ਪੱਕਣ ਦੇ ਲਈ ਇਹਦੇ ਵਿੱਚ ਉਹ ਸਮੱਸਿਆ ਨਹੀਂ ਹੈਗੀ ਜਿਵੇਂ ਆਪਣੇ ਪੀ 131 ਦੀ ਵੀ ਆਪਾਂ ਵੀਡੀਓ ਜੂਰੂ ਅਪਲੋਡ ਕਰਾਂਗੇ ਉਹ ਵੀ ਆਪਣੇ ਤਜਰਬੇ ਖੁਦ ਦੇ ਤਜਰਬੇ ਨੇ ਕਿੰਨਾ ਝਾੜ ਆਇਆ ਬਾਕੀ ਅੱਜ ਦੀ ਵੀਡੀਓ ਆਪਣੀ 110 ਝੋਨੇ ਦੀ ਏ ਤੇ ਇਹਦੇ ਦਾਣੇ ਚਮਕਦਾਰ ਹੁੰਦੇ ਨੇ ਉੱਲੀ ਰੋਗ ਦੀ ਬਿਮਾਰੀ ਨੂੰ ਬਹੁਤ ਘੱਟ ਪੈਂਦੀ ਏ ਜਿਵੇਂ ਦੂਜੀਆਂ ਵੈਰਾਈਟੀਆਂ ਜਿਵੇਂ ਪੀਲੀ ਫੂਸਾ ਨੂੰ ਜਾਂ ਫੂਸਾ ਝੋਨਾ ਨੂੰ ਜ਼ਿਆਦਾ ਬਿਮਾਰੀਆਂ ਆਪਾਂ ਨੂੰ ਤੇ ਇਹਨੂੰ ਜਿਹੜੀ ਆਪਣੀ ਬਿਮਾਰੀ ਬਹੁਤ ਘੱਟ ਪੈਂਦੀ ਉਲੀ ਰੋਗ ਦੀ ਜਿਉਂ ਕਿ ਤੇ ਇਹਦਾ 나ੜ ਵੀ ਮੋਟਾ ਹੁੰਦਾ ਯਾਨੀ ਕਿ ਬਿਮਾਰੀ ਬਹੁਤ ਘੱਟ ਪੈਂਦੀ ਹੈ ਇੱਕ ਸਪਰੇ ਨਾਲ ਵੀ ਆਪਣਾ ਪੱਕਣ ਵਾਲੀ ਵੈਰੈਟੀ ਹੈਗੀ ਹੈ ਤੇ ਬਾਕੀ ਇੱਕ ਸਪਰੇ ਨਾਲ ਵੀ ਆਪਣੀ ਵੈਰੈਟੀ ਪੱਕ ਸਕਦੀ ਹੈ ਜੇਕਰ ਆਪਾਂ ਝਾੜ ਦੀ ਗੱਲ ਕਰੀਏ ਜਿਵੇਂ ਆਪਣੇ ਏਰੀਆ ਦੇ ਵਿੱਚ 2020 ਦੇ ਵਿੱਚ ਪਹਿਲੀ ਵਾਰ ਆਪਣੇ 7 ਤੋਂ 8 ਕੇ ਦੇ ਲੱਗੇ ਸੀ ਜੇ 2021 ਦੇ ਵਿੱਚ ਫਿਰ ਆਪਾਂ ਆਪਣੇ ਖੇਤਾਂ ਦੇ ਵਿੱਚ ਅਰਵਾ ਕੀਤਾ ਯਾਨੀ ਕਿ 4 ਕਿੱਲਾਂ ਦੇ ਵਿੱਚ ਉਹਨੋਂ ਜਿਹੜਾ ਝਾੜ ਆਇਆ ਸੀ ਜੇਕਰ ਆਪਾਂ ਆਪਣੇ ਏਰੀਆ ਦੇ ਝਾੜ ਦਾ ਮੰਨੇਗੇ ਤਾਂ 70-75 ਮਣ 80 ਮਣ ਆਇਆ ਸੀ ਝਾੜ ਵੱਧ ਤੋਂ ਵੱਧ ਆਪਣੇ ਏਰੀਆ ਦੇ ਵਿੱਚ 2021 ਦੇ ਵਿੱਚ ਤੇ ਇਸ ਝੋਨੇ ਦਾ ਜਿਹੜਾ ਝਾੜ ਆਇਆ ਸੀ ਉਹ 84 ਤੋਂ 86 ਮਣ ਜਾਨੀ ਕਿ 33-34 ਕੁਆਂਟਲ ਝਾੜ ਆਇਆ ਸੀ ਤੇ 2021 ਦੇ ਵਿੱਚ ਉਹਦਾ ਆਪਾਂ ਚਾਰਾਂ ਕਿੱਲਾਂ ਦੇ ਵਿੱਚ ਖੇਤੀ ਕੀਤੀ ਸੀ ਫਿਰ ਆਪਾਂ 2022 ਦੇ ਵਿੱਚ ਜਾਨੀ ਕਿ 8 ਕਿੱਲਾਂ ਦੇ ਵਿੱਚ ਕੀਤੀ ਸੀ ਕਿਉਂਕਿ ਇਹਦੀ ਜਿਹੜੀ ਪਰਫਾਰਮੈਂਸ ਝਾੜ ਸਾਨੂੰ ਵਧੀਆ ਲੱਗਿਆ ਸੀ ਝੋਨਾ ਤੇ ਫਿਰ ਆਪਣਾ 22 ਦੇ ਵਿੱਚ ਅਸੀਂ ਲਾਇਆ ਸੀ ਇਹਨੂੰ 8 8 ਕਿੱਲੇ ਕਰਤਾ ਸੀ ਜਾਨਕਿ ਏਰੀਆ ਵਧਾਤਾ ਸੀ ਤੇ ਉਹਦੇ ਦਾ ਝਾੜ ਆਇਆ ਸੀ 90 ਤੋਂ 95 ਮਣ ਜਾਨਕਿ 36 37 ਕੁਆਂਟਲ 2022 ਦੇ ਵਿੱਚ ਤੇ 2023 ਦੇ ਵਿੱਚ ਵੀ 90 ਤੋਂ 95 ਮਣ ਜਾਨਕਿ 36 37 ਕੁਆਂਟਲ ਕਈਆਂ ਕਈਆਂ ਦਾ ਵੀਰਾਂ ਦਾ ਝਾੜ 38 ਕੁਆਂਟਲ ਵੀਆਂ ਦਾ ਝੜਿਆ ਹੋਇਆ ਤੇ ਆਪਣਾ ਜਾਨਕਿ 38 34 ਕੁਆਂਟਲ ਤੋਂ ਲੈ ਕੇ 38 ਕੁਆਂਟਲ ਤੱਕ ਝਾੜ ਇਹ ਦੇ ਸਕਦਾ ਕੁਝ ਆਪਣੀ ਸਾਂਭ ਸੰਭਾਲ ਤੇ ਬਾਕੀ ਮੌਸਮ ਤੇ ਡਿਪੈਂਡ ਕਰਦਾ ਬਾਕੀ ਆਪਣੀ ਜ਼ਮੀਨਾਂ ਤੇ ਤੇ ਬਾਕੀ ਜਾਨਕੀ ਵੱਧ ਤੋਂ ਵੱਧ ਝਾੜ ਇਹਦਾ 38 ਕੁਆਂਟਾ ਤੱਕ ਆਪਾਂ ਨੂੰ ਦੇ ਸਕਦੀ ਜੇਕਰ ਆਪਾਂ ਨੇ ਚੰਗੀ ਸਾਂਭ ਸੰਭਾਲ ਹੈ ਚੰਗਾ ਮੌਸਮ ਆਪਣੇ ਫਸਲ ਦੇਨਕੂਲ ਹੁੰਦਾ ਤੇ ਬਾਕੀ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਆਇਆ ਦਿਓ ਜੇ ਵੀ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸੁਪਰੀਮ 110 ਚੋਂ ਆਉਂਦਾ ਜਾਂ ਹੋਰ ਵੀ ਜਿਹੜੇ ਵੈਰਾਈਟੀਆਂ ਨੇ ਜਿਵੇਂ ਆਪਣੇ ਕਰਨਾਲ ਸੀਡਸ ਦਾ 110 ਆਉਂਦਾ ਜਾਂ ਓੰਕਾਰ ਕੰਪਨੀ ਦਾ ਆਉਂਦਾ ਤੇ ਤੁਹਾਡੀ ਏਰੀਆ ਦੇ ਵਿੱਚ ਕਿਹੋ ਜੀ ਜ਼ਮੀਨ ਦੇ ਵਿੱਚ ਤੁਸੀਂ ਲਗਾਇਆ ਸੀ ਕਿੰਨੀ ਤਰੀ ਨੂੰ ਲਗਾਇਆ ਸੀ ਤੇ ਕਿੰਨਾ ਝਾੜ ਆਇਆ ਸੀ ਕਿਉਂਕਿ ਕੋਈ ਵੀ ਵੈਰੈਟੀ ਨਾ ਸਾਰੇ ਪੰਜਾਬ ਦੇ ਵਿੱਚ ਇੱਕੋ ਜਿਹਾ ਝਾੜ ਨਹੀਂ ਦੇ ਸਕਦੀ ਕਿਸੇ ਕਿਸ ਏਰੀਆ ਦੇ ਵਿੱਚ ਜਿਹੜੇ ਹੁਣ ਸਾਡੀਆਂ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਪਾਰੀਆਂ ਜ਼ਮੀਨਾਂ ਨੇ ਇਹਦੇ ਵਿੱਚ ਝਾੜ ਇਹਦਾ ਬਹੁਤ ਵਧੀਆ ਯਾਨੀ ਕਿ ਪਾਰੀਆਂ ਜ਼ਮੀਨਾਂ ਦੇ ਵਿੱਚ ਝੰਡ ਝੋਨਾ ਫੁੱਲ ਕੰਮ ਜਾਵੇ ਹੋ ਸਕਦਾ ਥੋੜੇ ਰੇਤਲੇ ਵਾਹਨਾ ਦੇ ਵਿੱਚ ਇਹਦਾ ਝਾੜ ਘਟ ਜਾਵੇ ਤੇ ਬਾਕੀ ਪਿਛਲੀ ਵਾਰ ਆਪਣੇ ਰੇਤਲੇ ਵਾਹਨਾ ਦੇ ਵਿੱਚ ਵੀ ਲੱਗਿਆ ਸੀ ਯਾਨੀ ਕਿ ਆਪਣੇ ਤੋਂ 40 50 ਕਿਲੋਮੀਟਰ ਦੂਰ ਸੀ ਤੇ ਉੱਥੇ ਦਾ ਇਹਦਾ ਝਾੜ ਯਾਨੀ ਕਿ 80 85ਵਾਂ ਰਹਿ ਗਿਆ ਸੀ ਹੁਣ ਇਹ ਨਹੀਂ ਪਤਾ ਕਿ ਕਿਸਾਨ ਦੇ ਦੇਖ ਰਿਹਾ ਕਿ ਘਟ ਸੀ ਜਾਂ ਆਪਣੇ ਰੇਤਲੀ ਵਾਹਨਾ ਦੇ ਵਿੱਚ ਥੋੜਾ ਇਹ ਨਹੀਂ ਕਾਮਯਾਬ ਹੋਏਗਾ ਬਾਕੀ ਤੁਸੀਂ ਵੀ ਆਪਣਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਵੀ ਤੁਹਾਡੇ ਏਰੀਆ ਦੇ ਵਿੱਚ ਇਹਦਾ ਝਾੜ ਕਿੰਨਾ ਆਇਆ ਸੀ ਬਾਕੀ ਸਾਡੇ ਏਰੀਆ ਦੇ ਵਿੱਚ ਜਾਨੀ ਕਿ ਇਹ ਦੋ ਵੈਰਾਈਟੀਆਂ ਜਾਨੀ ਕਿ ਪੀ 131 ਤੇ ਜਿਹੜਾ 110 ਝੋਨਾ ਜਿਹੜੇ ਆਪਣੇ ਹਲ ਪਾਰੇਵਾਨ ਨੇ ਡਾਕਰ ਵਾਨ ਨੇ ਉਹਨਾਂ ਦੇ ਵਿੱਚ ਇਹ ਝੋਨਾ ਫੁੱਲ ਕਾਮਯਾਬੇ ਇਹ ਆਪਣਾ ਪਿਛਲੇ 3 ਸਾਲ ਦਾ ਆਪਾਂ ਨੂੰ 4 ਸਾਲ ਦਾ ਤਜਰਬਾ ਹੈਗਾ ਬਾਕੀ ਡਿੱਗਦਾ ਬਹੁਤ ਘੱਟ ਹੈ ਝੋਨੇ ਦੇ ਆਪਣੇ ਦਾਣੇ ਬਹੁਤ ਚਮਕਦਾਰ ਹੁੰਦੇ ਨੇ ਬਾਕੀ ਇਹ ਵੈਰਾਈਟੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਆਪਣੀ ਪੀਆਰ 126 ਵੈਰੈਟੀ ਹੈ ਤੇ ਬਾਕੀ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਸੁਪਰੀਮ 110 ਚੋਨਾ ਤੇ ਆਪਣੇ ਵੀਡੀਓ ਜਰੂਰ ਅਪਲੋਡ ਕੀਤੀਆਂ ਹੋਈਆਂ ਨੇ ਬਾਕੀ ਝਾੜ ਬਹੁਤ ਵਧੀਆ ਜੇਕਰ ਜਿਵੇਂ ਪੀਲੀ ਫੂਸਾ ਲਾਉਂਦੇ ਨੇ ਉਹਦੇ ਬਰਾਬਰ ਦਾ ਝਾੜ ਇਹ ਦੇ ਸਕਦਾ ਝੋਨਾ ਆਪਾਂ ਨੂੰ ਬਾਕੀ ਜਿਵੇਂ ਆਪਣੀ ਮਿਹਨਤ ਤੇ ਡਿਪੈਂਡ ਕਰਦਾ ਆਪਣੇ ਫਸਲ ਦੇ ਮੌਸਮ ਤੇ ਜਾਂ ਆਪਣੇ ਪਾਣੀ ਤੇ ਏਰੀਆ ਦੇ ਹਿਸਾਬ ਦੇ ਨਾਲ ਆਪਣੀ ਸਾਭ ਸੰਭਾਲ ਤੇ ਵੀ ਝਾੜ ਟਿਕਿਆ ਹੁੰਦਾ ਜੇਕਰ ਸਹੀ ਸਮੇਂ ਆਪਾਂ ਯੂਰੀਆ ਪਾਉਨੇ ਆ ਸਹੀ ਸਮੇਂ ਆਪਾਂ ਸਪਰੇਅ ਕਰਦੇ ਆ ਬਾਕੀ ਜੇਕਰ ਮੰਨ ਕੇ ਵੀ ਇਹਨੂੰ ਬਿਮਾਰੀ ਬਹੁਤ ਘੱਟ ਪੈਂਦੀ ਜਿਵੇਂ ਪੀ 131 ਦੀ ਬਿਮਾਰੀ ਬਹੁਤ ਘੱਟ ਪੈਂਦੀ ਹੈ ਇਸੇ ਤਰ੍ਹਾਂ ਜਿਵੇਂ ਆਪਣਾ ਸੁਪਰੀਮ 110 ਚੋਂ ਇਹਨਾਂ ਦੀ ਬਿਮਾਰੀ ਬਹੁਤ ਘੱਟ ਪੈਂਦੀ ਹੈ ਬਾਕੀ ਇਹ ਕੋਈ ਹਾਈਬ੍ਰਿਡ ਵੈਰਾਈਟੀ ਨਹੀਂ ਹੈ ਇਹ ਇੱਕ ਰਿਸਰਚ ਵੈਰਾਈਟੀ ਹੈ ਜਾਨੀ ਕਿ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤਾ ਹੋਇਆ ਹੈ ਤੇ ਇਹ ਆਪਣੀ ਕੋਈ ਲੁਧਿਆਣਾ ਯੂਨੀਵਰਸਿਟੀ ਦੀ ਆਪਣੀ ਖੋਜ ਜਾਂ ਉਹਨਾਂ ਦੀ ਆਪਣੀ ਸਿਫਾਰਿਸ਼ ਨਹੀਂ ਗਈ ਆਪਣੀ ਇਹ ਪ੍ਰਾਈਵੇਟ ਕੰਪਨੀ ਸੁਪਰੀਮ ਕੰਪਨੀ ਇਹਨੂੰ ਜਨਮਦਾਤਾ ਜਾਨੀ ਕਿ ਸੁਪਰੀਮ ਕੰਪਨੀ ਨੇ ਇਹਨੇ ਉਹਨੂੰ ਬਣਾਇਆ ਹੈ ਬਾਕੀ ਹੋਰ ਵੀ ਜਿਵੇਂ ਕੰਪਨੀਆਂ ਗਾਂ ਤੇ ਗਾਂ ਜਿਵੇਂ ਆਪਣਾ ਫਰਮਾ ਦੇ ਨਾਮ ਰੱਖ ਕੇ ਕਰਨਾਲ ਸੀਰਸ ਹੋ ਗਿਆ ਓੰਕਾਰ ਕੰਪਨੀ ਹੋ ਗਈ ਤੇ ਉਹ ਇਹਨੂੰ ਵੇਚਦੇ ਨੇ ਬਾਕੀ ਚਾੜ ਪੱਖੋਂ ਬਹੁਤ ਵਧੀਆ ਜਿਹੜੇ ਵੀਰਾਂ ਨੇ ਲਾਉਣਾ ਤੇ ਬਾਕੀ ਆਪਣੇ ਏਰੀਏ ਦੇ ਵਿੱਚ ਦੋ ਤਿੰਨ ਕਿੱਲਾਂ ਦੇ ਵਿੱਚ ਜਰੂਰ ਟਰਾਈ ਕਰਨ ਜੇਕਰ ਵਧੀਆ ਪਰਫਾਰਮੈਂਸ ਕਰਦਾ ਵਧੀਆ ਝਾੜ ਦੇਂਦਾ ਤੇ ਆਪਾਂ ਅਗਲੇ ਵਾਸਤੇ ਏਰੀਆ ਵਧਾ ਸਕਦੇ ਆ ਇਸੇ ਤਰ੍ਹਾਂ ਅਸੀਂ ਕੀਤਾ ਸੀ ਪਹਿਲਾਂ ਦੋ ਤਿੰਨ ਕਿੱਲਾਂ ਦੇ ਵਿੱਚ ਆਪਾਂ ਟ੍ਰਾਇਲ ਕੀਤਾ ਸੋ ਉਸ ਤੋਂ ਬਾਅਦ ਫਿਰ ਆਪਾਂ ਏਰੀਆ ਵਧਾਤਾ ਸੀ ਤੇ ਪਿਛਲੇ ਸਾਲ ਆਪਣਾ ਤਕਰੀਬਨ ਸਾਰਾ ਹੀ ਏਰੀਆ ਅਸੀਂ ਆਪਣੀ ਜ਼ਮੀਨ 110 ਚੋਨੇ ਵਿੱਚ ਬੀਜਿਆ ਸੀ ਤੇ ਹੁਣ ਅਗਲੀ ਵਾਰ ਆਪਾਂ 3 ਤੋਂ 4 ਕਿਲੋਸ ਆਪਣਾ ਪੀ 131 ਲਾਵਾਂਗੇ ਤੇ ਬਾਕੀ ਪੀ 131 ਦੀ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਕਿੰਨਾ ਝਾੜ ਆਉਂਦਾ ਉਹ ਵੀ ਆਪਣੇ ਤਜਰਬਾ ਹੈਗਾ ਜੀ ਆਪਣੇ ਪਿੰਡ ਦੇ ਏਰੀਆ ਦੇ ਵਿੱਚ ਲੱਗਦਾ ਤੇ ਅਗਲੀ ਵਾਰ ਵੀ ਬਹੁਤ ਲੱਗੇਗਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ